ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਅਸੈਸਮੈਂਟ ਆਫ ਪਰਸਨੈਲਿਟੀ ਕਿ ਜਿਹੜੀ ਪਰਸਨੈਲਿਟੀ ਹੈ ਵਿਅਕਤੀਤਵ ਹੈ ਉਹਦਾ ਮੁਲਾਂਕਣ ਕਿਵੇਂ ਕਰਨਾ ਹੈ ਇਹਦੇ ਵਿੱਚ ਕੁਝ ਅਲੱਗ-ਅਲੱਗ ਜਿਹੜੀਆਂ ਟੈਕਨੀਕਸ ਨੇ ਉਹ ਪਰਸਨੈਲਿਟੀ ਨੂੰ ਜੱਜ ਕਰਨ ਦੇ ਲਈ ਅਸੈਸ ਕਰਨ ਦੇ ਲਈ ਹੈਗੀਆਂ ਨੇ ਜਿਵੇਂ ਕਿ ਸਬਜੈਕਟਿਵ ਟੈਕਨੀਕਸ ਨੇ ਆਬਜੈਕਟਿਵ ਨਹੀਂ ਤੇ ਪ੍ਰੋਜੈਕਟਿਵ ਟੈਕਨੀਕ ਅਸੀਂ ਇਹਨਾਂ ਤਿੰਨਾਂ ਨੂੰ ਅਲੱਗ-ਅਲੱਗ ਵੀਡੀਓ ਦੇ ਵਿੱਚ ਕਰਾਂਗੇ ਤਾਂ ਜੋ ਤੁਹਾਨੂੰ ਸਹੀ ਤਰੀਕੇ ਨਾਲ ਸਮਝ ਆ ਸਕੇ ਹਰ ਇੱਕ ਵਿਅਕਤੀ ਨੂੰ ਹੁੰਦਾ ਹੈ ਕਿ ਮੈਨੂੰ ਮੇਰੀ ਜਿਹੜੀ ਪਰਸਨੈਲਿਟੀ ਹੈ ਉਹ ਕਿਸ ਤਰ੍ਹਾਂ ਦੀ ਹੈ ਪਤਾ ਹੋਵੇ ਕਿਉਂਕਿ ਬਹੁਤੀਆਂ ਗੱਲਾਂ ਸਾਨੂੰ ਆਪਣੇ ਬਾਰੇ ਖੁਦ ਨੂੰ ਨਹੀਂ ਪਤਾ ਹੁੰਦੀਆਂ ਦੂਸਰਿਆਂ ਨੂੰ ਪਤਾ ਹੁੰਦੀਆਂ ਨੇ ਕਿ ਇਹਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੈ ਪਰ ਕਿਸੇ ਵੀ ਵਿਅਕਤੀ ਦੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਅਸੈਸ ਕਰਨਾ ਬਹੁਤ ਔਖਾ ਕੰਮ ਹੈ ਇਹਨੂੰ ਅਸੀਂ ਗੁਣਾਤਮਕ ਤੌਰ ਤੇ ਨਹੀਂ ਮਾਪ ਸਕਦੇ ਮੀਨਸ ਕੁਆਲੀਟੇਟਿਵ ਤੌਰ ਤੇ ਪਰ ਫਿਰ ਵੀ ਬਹੁਤ ਸਾਰੇ ਜਿਹੜੇ ਸਾਈਕੋਲੋਜਿਸਟ ਨੇ ਉਹਨਾਂ ਨੇ ਪਰਸਨੈਲਿਟੀ ਨੂੰ ਅਸੈਸ ਕਰਨ ਦੇ ਲਈ ਬਹੁਤ ਸਾਰੇ ਜਿਹੜੇ ਕ੍ਰਾਈਟੇਰੀਆਜ਼ ਨੇ ਉਹ ਬਣਾਏ ਨੇ ਵਿਅਕਤੀਤਵ ਮਾਪਣ ਦਾ ਉਦੇਸ਼ ਇਹ ਨਿਸ਼ਚਿਤ ਕਰਦਾ ਹੈ ਕਿ ਇਹ ਵਿਅਕਤੀ ਕਿਸ ਵਰਗ ਨਾਲ ਸਬੰਧ ਰੱਖਦਾ ਹੈ ਤੇ ਇਹਦੇ ਵਿੱਚ ਕਿਹੜੇ-ਕਿਹੜੇ ਗੁਣ ਨੇ ਤੇ ਉਹ ਕਿੰਨੀ ਮਾਤਰਾ ਦੇ ਵਿੱਚ ਨੇ ਮੈਂ ਜਿੱਦ ਕਰ ਅਸੀਂ ਗੱਲ ਕਰੀ ਵੀ ਕਿੰਨਾ ਕੁ ਚੰਗਾ ਸੀ ਇਹਨੇ ਬਹੁਤ ਚੰਗਾ ਹੈ ਜਾਂ ਠੀਕ-ਠੀਕ ਹੈ ਜਾਂ ਬਹੁਤ ਮਾੜਾ ਬੰਦਾ ਹੈ ਜਿਵੇਂ ਅਸੀਂ ਕਹਿੰਨੇ ਮਾੜਾ ਹੈ ਬੱਚਿਆਂ ਦਾ ਵਿਅਕਤੀਤਵ ਜਾਣ ਕੇ ਉਹਨਾਂ ਨੂੰ ਸਹੀ ਸਿੱਖਿਆ ਖੇਤਰ ਵੱਲ ਅਸੀਂ ਮੋੜ ਸਕਦੇ ਹਾਂ ਤੇ ਵਿਅਕਤੀਤਵ ਦਾ ਮਾਪ ਕਰਨ ਨਾਲ ਵਿਅਕਤੀ ਤੇ ਸਬੰਧ ਵਿੱਚ ਪੂਰੀ ਜਿਹੜੀ ਜਾਣਕਾਰੀ ਹੈ ਉਹ ਮਿਲ ਜਾਂਦੀ ਹੈ ਜਿਵੇਂ ਕਿ ਸਰੀਰਕ ਤੌਰ ਤੇ ਕਿਦਾਂ ਦਾ ਹੈ ਮਾਨਸਿਕ ਤੌਰ ਤੇ ਭਾਵਨਾਤਮਕ ਤੌਰ ਤੇ ਤੇ ਸਮਾਜਿਕ ਤੌਰ ਤੇ ਹੁਣ ਜਿਹੜੀਆਂ ਵਿਧੀਆਂ ਨੇ ਤਿੰਨ ਤਰ੍ਹਾਂ ਦੀਆਂ ਨੇ ਸਬਜੈਕਟਿਵ ਮੈਥਡਸ ਆਬਜੈਕਟਿਵ ਤੇ ਪ੍ਰੋਜੈਕਟਿਵ ਮੈਥਡਸ ਮੈਥਡ ਨਹੀਂ ਇਹਦੀ ਥਾਂ ਤੇ ਟੈਕਨੀਕ ਸ਼ਬਦ ਵੀ ਵਰਤਿਆ ਜਾ ਸਕਦਾ ਹੈ ਬਟ ਇਸ ਵੀਡੀਓ ਦੇ ਵਿੱਚ ਅਸੀਂ ਸਿਰਫ ਸਬਜੈਕਟਿਵ ਟੈਕਨੀਕਸ ਬਾਰੇ ਹੀ ਗੱਲ ਕਰਾਂਗੇ ਹੁਣ ਜਿਹੜੇ ਸਬਜੈਕਟਿਵ ਟੈਕਨੀਕਸ ਨੇ ਇਹਦੇ ਵਿੱਚ ਪਹਿਲਾ ਹੈ ਕੇਸ ਹਿਸਟਰੀ ਮੈਥਡ ਕੇਸ ਸਟਡੀ ਵਿਧੀ ਇਸ ਵਿਧੀ ਰਾਹੀਂ ਵਿਅਕਤੀ ਦੇ ਗੁਣਾ ਤੇ ਦੋਸ਼ਾਂ ਦਾ ਪਤਾ ਕੀਤਾ ਜਾਂਦਾ ਕਿ ਉਹਦੇ ਵਿੱਚ ਕਿਹੜੇ ਕਿਹੜੇ ਗੁਣ ਨੇ ਤੇ ਕਿਹੜੇ ਦੋਸ਼ ਨੇ ਆਮ ਕਰਕੇ ਇਸ ਵਿਧੀ ਦੀ ਜਿਹੜੀ ਵਰਤੋਂ ਆ ਜਿਹੜੇ ਸਾਈਕੋਲੋਜਿਸਟ ਨੇ ਮਤਲਬ ਕਿਸੇ ਵੀ ਵਿਅਕਤੀ ਦੀ ਜਿਹੜੀ ਮਾਨਸਿਕ ਸਥਿਤੀ ਹੈ ਉਹਨੂੰ ਮਾਪਣ ਦੇ ਲਈ ਕੀਤੀ ਜਾਂਦੀ ਹੈ ਇਸ ਦੇ ਵਿੱਚ ਜਿਹੜਾ ਵਿਅਕਤੀ ਆ ਉਹਦੇ ਜਨਮ ਤੋਂ ਲੈ ਕੇ ਵਰਤਮਾਨ ਤੱਕ ਪੂਰੀ ਜਿਹੜੀ ਜਾਣਕਾਰੀ ਉਹਦੇ ਬਾਰੇ ਉਹ ਡਿਟੇਲ ਦੇ ਵਿੱਚ ਇਕੱਠੀ ਕੀਤੀ ਜਾਂਦੀ ਹੈ ਤੇ ਇਹ ਵੇਖਿਆ ਜਾਂਦਾ ਕਿ ਇਸ ਵਿਅਕਤੀ ਦਾ ਜਿਹੜਾ ਵੰਸ਼ ਹੈ ਉਹਦੀ ਹੈਰਿਡਿਟੀ ਫੈਮਲੀ ਜਿਹੜਾ ਉਹਦਾ ਫੈਮਲੀ ਦਾ এনवायरमेंट ਹੈ ਉਹਦੇ ਫਰੈਂਡਸ ਨੇ ਕਿਹੋ ਜਿਹੇ ਨੇ ਹੁਣ ਇਸ ਵੀਡੀਓ ਨਾਲ ਅਸੀਂ ਸਕੂਲ ਦੇ ਵਿੱਚ ਬੱਚੇ ਦੀ ਜਿਹੜੀ ਉਹਨੇ ਕਿੰਨੀ ਕੁ ਸਕਸੈਸ ਪ੍ਰਾਪਤ ਕੀਤੀ ਹੈ ਜਾਂ ਜੇਕਰ ਉਹਨੇ ਸਕਸੈਸ ਨਹੀਂ ਪ੍ਰਾਪਤ ਕੀਤੀ ਉਹਦੇ ਸਬੰਧੀ ਵੀ ਅਸੀਂ ਜਿਹੜੀ ਪੂਰੀ ਪੜਤਾਲ ਆ ਉਹ ਕਰ ਸਕਦੇ ਹਾਂ ਇਦੇ ਵਿੱਚ ਉਹਦੀਆਂ ਕੋਈ ਸਰੀਰਿਕ ਬਿਮਾਰੀਆਂ ਨੇ ਕੋਈ ਉਹਨਾਂ ਮਾਨਸਿਕ ਸਮੱਸਿਆਵਾਂ ਨੇ ਉਹਦੇ ਫਰੈਂਡ ਸਰਕਲ ਕਿਹੋ ਜਿਹਾ ਉਹਦਾ ਜਿਹੜਾ ਅਧਿਆਪਨ ਉਹਨੂੰ ਕਿਹੋ ਜਿਹਾ ਰਿਹਾ ਹੈ ਮੀਨਸ ਕਿਹੋ ਜੀ ਉਹਨੇ ਅਚੀਵਮੈਂਟ ਕੀਤੀ ਹੈ ਸਟੱਡੀ ਦੇ ਵਿੱਚ ਘਰ ਦਾ ਵਾਤਾਵਰਣ ਸਕੂਲ ਦਾ ਵਾਤਾਵਰਣ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਨੇ ਮੀਨ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਜਾਣਕਾਰੀ ਉਹ ਲੈਣੀ ਹੁੰਦੀ ਹੈ ਤੇ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਹੀ ਬੱਚੇ ਦੀ ਜਿਹੜੀ ਸਮੱਸਿਆ ਉਹਦਾ ਅਸੀਂ ਜਿਹੜਾ ਹੱਲ ਆ ਉਹ ਲੱਭ ਸਕਦੇ ਹਾਂ ਪਰ ਇਸ ਵਿਧੀ ਨੂੰ ਸਹੀ ਢੰਗ ਦੇ ਨਾਲ ਕਰਨ ਦੀ ਜਿਹੜੀ ਵਿਸ਼ੇਸ਼ ਸਿਖਲਾਈ ਹੈ ਮੀਨ ਸਪੈਸ਼ਲ ਟ੍ਰੇਨਿੰਗ ਦੀ ਜ਼ਰੂਰਤ ਪੈਂਦੀ ਹੈ ਕਿ ਤੁਸੀਂ ਨੇ ਡਾਟਾ ਕਿਵੇਂ ਕਲੈਕਟ ਕਰਨਾ ਤੇ ਸਭ ਤੋਂ ਪਹਿਲਾਂ ਉਸ ਪਰਸਨ ਨੂੰ ਆਈਡੈਂਟੀਫਾਈ ਕਰਨਾ ਹੁੰਦਾ ਜਿਹਦੇ ਬਾਰੇ ਅਸੀਂ ਡਾਟਾ ਕਲੈਕਟ ਕਰਕੇ ਉਹਨੂੰ ਜਿਹੜੀ ਸਹੀ ਗਾਈਡੈਂਸ ਉਹ ਦੇਣੀ ਹੁੰਦੀ ਹੈ ਹੁਣ ਜਿਹੜੀ ਕੇਸ ਹਿਸਟਰੀ ਵਿਧੀ ਦਾ ਸਭ ਤੋਂ ਵੱਡਾ ਦੋਸ਼ ਇਹ ਹੁੰਦਾ ਵੀ ਕਿਸੇ ਵੀ ਵਿਅਕਤੀ ਬਾਰੇ ਜਿਹੜੀ ਸਹੀ ਜਾਣਕਾਰੀ ਉਹ ਸਾਨੂੰ ਮਿਲਣੀ ਬਹੁਤ ਮੁਸ਼ਕਿਲ ਹੁੰਦੀ ਹੈ ਇਸ ਵਿਧੀ ਲਈ ਕਈ ਵਾਰ ਫੈਮਿਲੀ ਮੈਂਬਰ ਹੁੰਦੇ ਨੇ ਅਧਿਆਪਕ ਮਿੱਤਰ ਤੇ ਡਾਕਟਰ ਇਹਨਾਂ ਦੀ ਸਾਨੂੰ ਸਹਾਇਤਾ ਲੈਣੀ ਪੈਂਦੀ ਹੈ ਬਟ ਜੇਕਰ ਸਾਨੂੰ ਸਹੀ ਢੰਗ ਦੇ ਨਾਲ ਸਹਿਯੋਗ ਨਹੀਂ ਕਰਦੇ ਕੋਆਪਰੇਟ ਨਹੀਂ ਕਰਦੇ ਤਾਂ ਅਸੀਂ ਜਿਹੜੀ ਜਾਣਕਾਰੀ ਉਹ ਵਧੀਆ ਢੰਗ ਨਾਲ ਨਹੀਂ ਲੈ ਸਕਾਂਗੇ ਇਸ ਦੋਸ਼ ਦੇ ਬਾਵਜੂਦ ਵੀ ਅਸੀਂ ਜਿਹੜੇ ਬੱਚੇ ਦੀ ਫੈਮਿਲੀ ਬੈਕਗ੍ਰਾਉਂਡ ਹੈ ਉਹਦੇ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਦੂਸਰਾ ਹੈ ਇੰਟਰਵਿਊ ਹੁਣ ਇੰਟਰਵਿਊ ਜਿਹੜੇ ਉਹ ਵੀ ਕਈ ਪ੍ਰਕਾਰ ਦੀ ਹੁੰਦੀ ਹੈ ਜਿਵੇਂ ਕਿ ਜੇਕਰ ਅਸੀਂ ਕੋਈ ਗਵਰਨਮੈਂਟ ਜੌਬ ਲੈਣੀ ਹੈ ਜਾਂ ਅਸੀਂ ਕੋਈ ਪ੍ਰਾਈਵੇਟ ਨੌਕਰੀ ਵਾਸਤੇ ਜਾਣਾ ਹੈ ਕੋਈ ਮਸ਼ਵਰਾ ਲੈਣਾ ਹੈ ਸਲਾਹ ਲੈਣੀ ਹੈ ਖੋਜ ਕਰਨੀ ਹੈ ਕੋਈ ਵਿਆਹ ਸ਼ਾਦੀ ਦੇ ਲਈ ਜਦੋਂ ਪੱਕ ਠੱਕ ਹੁੰਦੀ ਹੈ ਉਸ ਟਾਈਮ ਵੀ ਇੰਟਰਵਿਊ ਹੁੰਦੀ ਹੈ ਮੀਨਸ ਕਿ ਗੱਲਬਾਤ ਕੀਤੀ ਜਾਂਦੀ ਹੈ ਹੁਣ ਇਸ ਵਿਧੀ ਰਾਹੀਂ ਵਿਅਕਤੀ ਤੋਂ ਉਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਔਰਲ ਲਈ ਜਾਂਦੀ ਹੈ ਮੀਨਸ ਗੱਲਬਾਤ ਦੇ ذریعے ਜਿਹੜੀ ਸਾਰੀ ਜਾਣਕਾਰੀ ਉਹ ਪ੍ਰਾਪਤ ਕੀਤੀ ਜਾਂਦੀ ਹੈ ਇੰਟਰਵਿਊ ਲੈਣ ਵਾਲਾ ਇੰਟਰਵਿਊ ਦੇਣ ਵਾਲੇ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਲੈਂਦਾ ਤਾਂ ਹੀ ਉਹ ਦੋਨੋਂ ਇੰਟਰਵਿਊ ਲੈਣ ਵਾਲਾ ਤੇ ਇੰਟਰਵਿਊ ਦੇਣ ਵਾਲਾ ਆਪਸ ਵਿੱਚ ਵਧੀਆ ਢੰਗ ਦੇ ਨਾਲ ਗੱਲ ਕਰਨਗੇ ਤੇ ਆਪਣੇ ਬਾਰੇ ਜਿਹੜੀ ਸਹੀ ਜਾਣਕਾਰੀ ਉਹ ਦੇਵੇਗਾ ਜੋ ਕਮੀਆਂ ਜਿਹੜਾ ਕੇਸ ਸਟੱਡੀ ਮੈਥਡ ਹੈ ਉਹਦੇ ਵਿੱਚ ਆਉਂਦੀਆਂ ਨੇ ਉਹ ਏਸਬੀ ਵਿਧੀ ਦੇ ਵਿੱਚ ਨਹੀਂ ਆਉਂਦੀਆਂ ਮੁੱਖ ਤੌਰ ਤੇ ਜਿਹੜੀ ਇੰਟਰਵਿਊ ਦੋ ਤਰ੍ਹਾਂ ਦੀ ਹੁੰਦੀ ਹੈ ਸਟਰਕਚਰਡ ਤੇ ਅਨਸਟਰਕਚਰਡ ਹੁਣ ਸਟਰਕਚਰਡ ਇੰਟਰਵਿਊ ਉਹ ਲੈਣ ਵਾਲਾ ਪਹਿਲਾਂ ਹੀ ਤਿਆਰ ਹੁੰਦਾ ਹੁਣ ਜਿਹੜੇ ਜਿਹੜੇ ਕੁਐਸਚਨ ਉਹਨੇ ਪੁੱਟ ਕਰਨੇ ਹੁੰਦੇ ਨੇ ਉਹ ਪਹਿਲੀ ਉਹਨੇ ਕੁਐਸਚਨਅਰ ਤਿਆਰ ਕੀਤਾ ਹੁੰਦਾ ਜਿਹੜੀ ਅਨਸਟਰਕਚਰਡ ਇੰਟਰਵਿਊ ਹੁੰਦੀ ਹੈ ਇਹਦੇ ਵਿੱਚ ਪਹਿਲਾ ਕੁਐਸਚਨ ਤਿਆਰ ਨਹੀਂ ਕੀਤੇ ਜਾਂਦੇ ਮੌਕੇ ਤੇ ਹੀ ਪ੍ਰਸ਼ਨ ਪੁੱਛੇ ਜਾਂਦੇ ਨੇ ਮੀਨ ਜਿਸ ਤਰ੍ਹਾਂ ਦਾ ਵਿਅਕਤੀ ਰਿਪਲਾਈ ਕਰਦਾ ਹੈ ਪਹਿਲੇ ਕੁਐਸਚਨ ਦਾ ਉਸ ਤੋਂ ਬਾਅਦ ਦੂਸਰਾ ਜਿਹੜਾ ਕੁਐਸਚਨ ਆਟੋਮੈਟਿਕਲੀ ਬਣਾਇਆ ਜਾਂਦਾ ਹੈ ਇੰਟਰਵਿਊ ਲੈਣ ਲਈ ਜਿਹੜਾ ਵਾਤਾਵਰਨ ਹੋ ਸ਼ਾਂਤੀਪੂਰਨ ਹੋਣਾ ਚਾਹੀਦਾ ਹੈ ਤੇ ਜਿਹੜਾ ਮਾਹੌਲ ਆ ਉਹ ਵੀ ਮਿੱਤਰਤਾ ਭਰਪੂਰ ਹੋਣਾ ਚਾਹੀਦਾ ਕੋਈ ਵੀ ਜਿਹੜਾ ਆਲੋਚਨਾਤਮਕ ਤੱਤ ਆ ਉਹ ਨਹੀਂ ਹੋਣਾ ਚਾਹੀਦਾ ਮੀਨਸ ਕਿ ਉਹਨੂੰ ਅਸੀਂ ਹਰ ਗੱਲ ਤੇ ਕ੍ਰਿਟਿਸਾਈਜ਼ ਨਹੀਂ ਕਰਨਾ ਇੰਟਰਵਿਊ ਦੇਣ ਵਾਲੇ ਨੂੰ ਆਪਣੇ ਜਿਹੜੇ ਵਿਚਾਰ ਨੇ ਖੁੱਲ ਕੇ ਪੇਸ਼ ਕਰਨ ਦੀ ਜਿਹੜੀ ਪਰਮਿਸ਼ਨ ਆ ਉਹ ਦਿੱਤੀ ਜਾਣੀ ਚਾਹੀਦੀ ਹੈ ਤੇ ਇੰਟਰਵਿਊ ਦੇਣ ਵਾਲੇ ਜਿਹੜਾ ਅਸੀਂ ਕਿਸ ਪਰਪਸ ਦੇ ਲਈ ਸ਼ੁਰੂ ਕੀਤੀ ਹੈ ਇੰਟਰਵਿਊ ਦੇਣ ਵਾਲਾ ਸੀ ਕਿਸ ਪਰਪਸ ਦੇ ਲਈ ਬੁਲਾਇਆ ਉਸ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਹੁਣ ਇਹ ਵਿਧੀ ਹੈ ਜਿਹੜੀ ਅਨਪੜ੍ਹ ਲੋਕਾਂ ਦੇ ਲਈ ਵੀ ਲਾਹੇਵੰਦ ਹੈ ਕਿਉਂਕਿ ਉਹਨਾਂ ਨਾਲ ਅਸੀਂ ਗੱਲਬਾਤ ਦੇ ਜ਼ਰੀਏ ਪੂਰੀ ਜਿਹੜੀ ਜਾਣਕਾਰੀ ਹਾਸਲ ਕਰ ਸਕਦੇ ਹਾਂ ਬਟ ਹੁਣ ਜਿਹੜਾ ਇੰਟਰਵਿਊ ਲੈਣ ਵਾਲਾ ਉਹ ਐਕਸਪਰਟ ਹੋਣਾ ਚਾਹੀਦਾ ਹੈ। ਉਹਨੂੰ ਪਤਾ ਹੋਵੇ ਕਿ ਮੈਂ ਕਿਸ ਤਰੀਕੇ ਦੇ ਨਾਲ ਜਿਹੜਾ ਇੰਟਰਵਿਊ ਦੇਣ ਵਾਲਾ ਉਹਨੂੰ ਹੈਂਡਲ ਕਰਨਾ ਕਿਸ ਤਰੀਕੇ ਦੇ ਉਹਨੂੰ ਜਿਹੜੇ ਸਵਾਲ ਨਹੀਂ ਮੈਂ ਪੁੱਛਣੇ ਨੇ ਤਾਂ ਜੋ ਇੰਟਰਵਿਊ ਦੇ ਵਿੱਚ ਜਿਹੜਾ ਕੋਈ ਵੀ ਪੱਖਪਾਤ ਹੋ ਜਾਂਦਾ ਹੈ ਉਹਦੇ ਤੋਂ ਬਚਿਆ ਜਾ ਸਕੇ। ਪਰ ਕਈ ਵਾਰ ਜਿਹੜਾ ਇੰਟਰਵਿਊ ਦੇਣ ਵਾਲਾ ਹੈ ਜਿਹੜਾ ਇੰਟਰਵਿਊ ਦੇਣ ਵਾਲਾ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਕਿ ਉਹ ਆਪਣੇ ਬਾਰੇ ਕੁਝ ਜਿਹੜੇ ਪੱਖ ਨਹੀਂ ਮੀਨ ਜੇ ਇਹ ਕਹ ਲਓ ਜ ਕੁਝ ਗੱਲਾਂ ਨੇ ਉਹ ਆਪਣੇ ਬਾਰੇ ਤੋਂ ਡਿਟੇਲ ਦੇ ਵਿੱਚ ਨਹੀਂ ਦੱਸਦਾ ਛੁਪਾ ਲੈਂਦਾ। ਇਸ ਲਈ ਵਿਧੀ ਵੀ ਜਿਆਦਾ ਭਰੋਸੇਯੋਗ ਨਹੀਂ ਹੈ। ਨੈਕਸਟ ਹੈ ਆਟੋ ਬਾਇਓਗ੍ਰਾਫੀ ਮੈਥਡ ਹੁਣ ਇਹ ਵਿਧੀ ਦੇ ਨਾਮ ਤੋਂ ਹੀ ਸਾਨੂੰ ਸਪਸ਼ਟ ਹੋ ਜਾਂਦਾ ਹੈ ਕਿ ਵਿਅਕਤੀ ਆਪਣੇ ਜੀਵਨ ਦੀ ਜਿਹੜੀ ਕਹਾਣੀ ਹੈ ਉਹ ਖੁਦ ਲਿਖਦਾ ਹੈ ਹੁਣ ਤੁਸੀਂ ਦੇਖਿਆ ਵੀ ਹੋਏਗਾ ਕਿ ਜਿਹੜੇ ਵੱਖੋ-ਵੱਖ ਲੇਖਕ ਨੇ ਉਹਨਾਂ ਦੀਆਂ ਜਿਹੜੀਆਂ ਆਟੋ ਬਾਇਓਗ੍ਰਾਫੀਜ਼ ਨੇ ਉਹ ਸਾਨੂੰ ਲਿਖੀਆਂ ਹੋਈਆਂ ਮਿਲਦੀਆਂ ਜਿਵੇਂ ਕਿ ਅਮਰਤਾ ਪ੍ਰੀਤਮ ਦੀ ਰਸਿੱਧੀ ਟਿਕਟਾ ਹੋਰ ਵੀ ਬਹੁਤ ਸਾਰੇ ਲੇਖਕ ਨੇ ਇਹਦੇ ਵਿੱਚ ਜਿਹੜਾ ਵਿਅਕਤੀ ਹੈ ਉਹ ਆਪਣੇ ਵਿਚਾਰ ਤੇ ਆਪਣੇ ਜਿਹੜੇ ਅਨੁਭਵ ਨੂੰ ਖੁੱਲ੍ਹ ਕੇ ਲਿਖਦਾ ਹੈ ਤੇ ਇਹ ਵਿਧੀ ਵੀ ਦੋ ਭਾਗਾਂ ਵਿੱਚ ਵੰਡੀ ਗਈ ਹੈ ਇੱਕ ਨਿਯੰਤਰਿਤ ਮੀਨਸ ਕੰਟਰੋਲਡ ਦੂਸਰੀ ਹੈ ਸੁਤੰਤਰ ਜਿਹਦੇ ਵਿੱਚ ਪੂਰੀ ਜਿਹੜੀ ਆਜ਼ਾਦੀ ਹੈ ਉਹ ਹੁੰਦੀ ਹੈ ਹੁਣ ਜਿਹੜੀ ਕੰਟਰੋਲਡ ਆਟੋ ਬਾਇਓਗ੍ਰਾਫੀ ਮੈਥਡ ਹੈ ਦੇ ਵਿੱਚ ਵਿਅਕਤੀ ਨੂੰ ਪਹਿਲਾਂ ਜਿਹੜੀ ਰੂਪਰੇਖਾ ਦਿੱਤੀ ਜਾਂਦੀ ਹੈ ਰੂਪਰੇਖਾ ਦੇਣ ਦਾ ਮਤਲਬ ਕਿ ਅਸੀਂ ਮੇਨ ਜਿਹੜੀ ਹੈਡਿੰਗ ਉਹ ਦੇ ਦੇਾਂਗੇ ਕਿ ਤੁਸੀਂ ਇਹਨਾਂ ਬਾਰੇ ਲਿਖਣਾ ਹੈ ਤੇ ਜਿਹੜੀ ਸੁਤੰਤਰ ਹੈ ਉਹਦੇ ਵਿੱਚ ਵਿਅਕਤੀ ਜੋ ਚਾਹੇ ਲਿਖ ਸਕਦਾ ਹੈ ਇਹਦੇ ਵਿੱਚ ਸਾਰੇ ਜਿਹੜੇ ਵਿਅਕਤੀ ਦੇ ਵਿਅਕਤੀਤਵ ਨੂੰ ਮੀਨਸ ਉਹਦੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਮਾਪਣ ਦੇ ਵਿੱਚ ਜਿਹੜੀ ਸਹਾਈਤ ਆਹੋ ਮਿਲਦੀ ਹੈ ਇਹ ਵਿਅਕਤੀ ਬਾਰੇ ਜਾਣ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਸਭ ਤੋਂ ਸਸਤੀ ਵਿਧੀ ਹੈ। ਇਹਦੇ ਵਿੱਚ ਜਿਹੜਾ ਅਧਿਪਕਾ ਨੂੰ ਕੋਈ ਵੀ ਜਿਹੜਾ ਵਾਧੂ ਕੰਮ ਉਹ ਨਹੀਂ ਕਰਨਾ ਪੈਂਦਾ। ਕਿਸੇ ਤਰ੍ਹਾਂ ਦਾ ਡਾਟਾ ਨਹੀਂ ਇਕੱਠਾ ਕਰਨਾ ਪੈਂਦਾ ਕਿਉਂਕਿ ਜਿਹੜੀ ਜਾਣਕਾਰੀ ਚਾਹੀਦੀ ਹੁੰਦੀ ਹੈ ਉਹ ਵਿਅਕਤੀ ਖੁਦ ਹੀ ਆਪਣੇ ਲਿਖ ਕੇ ਦੇ ਦਿੰਦਾ ਹੈ। ਫਿਰ ਵੀ ਇਸ ਵਿਧੀ ਦੇ ਕੁਝ દોਸ਼ ਨੇ ਜਿਵੇਂ ਕਿ ਕਈ ਵਾਰ ਜਿਹੜਾ ਵਿਅਕਤੀ ਆਪਨੇ ਆਪ ਬਾਰੇ ਸਹੀ ਜਾਣਕਾਰੀ ਨਹੀਂ ਦਿੰਦਾ। ਬੋਲੀ ਦੇ ਪੱਖੋਂ ਵੀ ਕਠਿਨਾਈ ਆ ਜਾਂਦੀ ਹੈ ਜਿਵੇਂ ਕਿ ਜੇਕਰ ਕੋਈ ਵਿਅਕਤੀ ਅਨਪੜ੍ਹ ਹੈ ਅਸੀਂ ਉਹਨੂੰ ਕਹਾਂਗੇ ਵੀ ਆਪਣੀ ਆਟੋ ਬਾਇਓਗ੍ਰਾਫੀ ਲਿਖੋ ਤਾਂ ਉਹ ਨਹੀਂ ਲਿਖ ਪਾਏਗਾ। ਜਾ ਜੇਕਰ ਇਸ ਕਿੰਨੇ ਵੀ ਕਿਸੇ ਏਰੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਲੈਂਗੁਏਜ ਹੁੰਦੀ ਹੈ ਕਿਤੇ ਕਿਸੇ ਤਰ੍ਹਾਂ ਦੀ ਤਾਂ ਉੱਥੇ ਵੀ ਜਿਹੜੀ ਦਿੱਕਤ ਹੈ ਇਸ ਦੀ ਆਉਂਦੀ ਏ ਫਿਰ ਇਹ ਜਿਹੜੇ ਆਟੋ ਬਾਇਓਗ੍ਰਾਫੀ ਮੈਥਡ ਹੈ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫਜ਼ੂਲ ਗੱਲਾਂ ਵੀ ਲਿਖ ਸਕਦਾ ਹੈ ਅਗਲਾ ਇਕੱਲਿਆਂ ਇਸ ਵਿਧੀ ਦੁਆਰਾ ਜਿਹੜੀ ਜਾਣਕਾਰੀ ਹੈ ਉਹ ਆਪਣੇ ਆਪ ਦੇ ਵਿੱਚ ਸੰਪੂਰਨ ਨਹੀਂ ਹੋ ਸਕਦੀ ਕਿਉਂਕਿ ਜਦੋਂ ਉਹ ਗੱਲਾਂ ਜਿਹੜੀਆਂ ਜ਼ਰੂਰਤ ਵਾਲੀਆਂ ਨੇ ਉਹ ਨਹੀਂ ਲਿਖੇਗਾ ਤਾਂ ਫਿਰ ਉਹ ਕੰਪਲੀਟ ਜਿਹੜੀ ਇਨਫੋਰਮੇਸ਼ਨਾਂ ਨਹੀਂ ਹੋਏਗੀ ਫਿਰ ਘਟ ਜਾਂ ਅਦਾਸ਼ਤ ਵਾਲੀ ਵਿਅਕਤੀਆਂ ਦੇ ਲਈ ਇਹ ਲਾਹੇਵੰਦ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਆਪਣੇ ਜੀਵਨ ਦੀਆਂ ਜਿਹੜੀਆਂ ਬਹੁਤ ਸਾਰੀਆਂ ਪੁਰਾਣੀਆਂ ਘਟਨਾਵਾਂ ਨੇ ਉਹ ਚੰਗੀ ਤਰ੍ਹਾਂ ਯਾਦ ਨਹੀਂ ਹੁੰਦੀਆਂ ਨੈਕਸਟ ਹੈ ਕੁਐਸ਼ਨੇਅਰ ਮੈਥਡ ਪ੍ਰਸ਼ਨਵਲੀ ਵਿਧੀ ਅਕੋਰਡਿੰਗ ਟੂ ਗੁੱਡ ਐਂਡ ਹਰਟ ਇਨ ਜਨਰਲ ਦ ਵਰਲਡ ਕੁਐਸ਼ਨੇਅਰ ਰੈਫਰਸ ਟੂ ਅ ਡਿਵਾਈਸ ਫਾਰ ਸਕਿਉਰਿੰਗ ਅਨਸਰਸ ਟੂ ਕੁਐਸ਼ਨਸ ਬਾਏ ਯੂজিং ਅ ਫਾਰਮ ਵਿਚ ਦ ਰਿਸਪੌਂਡੈਂਟ ਫਿਲ ਇਨ ਹਿਮਸੈਲਫ ਜਿਹੜਾ ਕਿ ਆਪਣੇ ਆਪ ਭਰਨਾ ਹੁੰਦਾ ਹੈ ਹੁਣ ਇਸ ਡੈਫੀਨੇਸ਼ਨ ਤੋਂ ਸਾਨੂੰ ਇਹ ਕਲੀਅਰ ਹੁੰਦਾ ਹੈ ਕਿ ਇਸ ਵਿਧੀ ਦੇ ਨਾਲ ਵਿਅਕਤੀ ਦੀ ਜਿਹੜੀ ਪਰਸਨੈਲਿਟੀ ਹੈ ਉਹਦੇ ਸੰਬੰਧੀ ਅਸੀਂ ਕੋਈ ਵੀ ਸੂਚਨਾ ਇਕੱਤਰ ਕਰਨੀ ਹੈ ਤਾਂ ਅਸੀਂ ਜਿਹੜੇ ਕੁਐਸਚਨਰ ਮੈਥਡ ਇਹਨੂੰ ਵਰਤੋਂ ਕਰ ਸਕਦੇ ਹਾਂ ਹੁਣ ਜਿਹੜੀ ਪ੍ਰਸ਼ਨਾਂ ਵਾਲੀ ਹੈ ਉਹ ਸੂਚਨਾ ਦਾ ਤੈਮੀਨ ਜਿੱਤੋਂ ਅਸੀਂ ਸੂਚਨਾ ਇਕੱਠੀ ਕਰਨੀ ਹੈ ਸੂਚਨਾ ਦੇਣ ਵਾਲਾ ਉਹਦੇ ਆਪਣੇ ਵਿਚਾਰ ਉਹਦੇ ਜਿਹੜੀਆਂ ਧਾਰਨਾਵਾਂ ਨੇ ਗੁਣ ਨੇ ਉਹਦੇ ਜਿਹੜੇ ਐਪਟੀਟਿਊਡ ਐਟੀਟਿਊਡ ਫੈਮਿਲੀ ਕੀ ਕੰਮ ਤੰਦੇ ਕਰਦਾ ਹੈ ਉਹਦੇ ਨਾਲ ਸਾਰੇ ਜਿਹੜੀ ਜਾਣਕਾਰੀ ਸੀ ਪ੍ਰਾਪਤ ਕਰਨੀ ਹੈ ਸਬੰਧਤ ਜਿਹੜੇ ਕੁਐਸਚਨੇਅਰ ਨੇ ਉਹ ਤਿਆਰ ਕਰ ਲਿਆ ਜਾਂਦਾ ਹੈ। ਪ੍ਰਸ਼ਨਾਂ ਵਾਲੀ ਦੀ ਹੁਣ ਜਿਹੜੀ ਵਰਤੋਂ ਸਿਰਫ ਪੜ੍ਹੇ ਲਿਖੇ ਲੋਕਾਂ ਦੀ ਕੀਤੀ ਜਾ ਸਕਦੀ ਹੈ। ਹੁਣ ਜੇਕਰ ਅਨਪੜ੍ਹ ਨੇ ਜਾਂ ਬੱਚੇ ਨੇ ਅਸੀਂ ਉਹਨਾਂ ਤੋਂ ਇਸ ਵਿਧੀ ਦੇ ਨਾਲ ਜਿਹੜੀ ਜਾਣਕਾਰੀ ਉਹ ਪ੍ਰਾਪਤ ਨਹੀਂ ਕਰ ਸਕਦੇ। ਹੁਣ ਜਿਹੜੇ ਕੁਐਸਚਨਰ ਹੈ ਉਹਨੂੰ ਡਾਕ ਰਾਹੀਂ ਵੀ ਸੀ ਭੇਜ ਸਕਦੇ ਆ ਮੀਨ ਜਿੱਥੋਂ-ਜਿੱਥੋਂ ਅਸੀਂ ਚਾਹੁੰਦੇ ਆ ਕਿ ਅਸੀਂ ਜਾਣਕਾਰੀ ਪ੍ਰਾਪਤ ਕਰੀਏ। ਇਸ ਲਈ ਜਿਹੜੀ ਜਾਣਕਾਰੀ ਇਹ ਦੂਰ ਦਰਾਡੇ ਤੋਂ ਅਸੀਂ ਆਰਾਮ ਨਾਲ ਪ੍ਰਾਪਤ ਕਰ ਸਕਦੇ ਆ। ਹੁਣ ਪ੍ਰਸ਼ਨਵਲੀ ਵਿਧੀ ਘੱਟ ਖਰਚੀਲੀ ਤੇ ਸਮੇਂ ਦੀ ਬਚਤ ਵਾਲੀ ਹੁੰਦੀ ਹੈ ਇਸ ਤੋਂ ਇਲਾਵਾ ਉੱਤਰ ਦੇਣ ਵਾਲੇ ਤੇ ਕਿਸੇ ਕਿਸਮ ਦਾ ਦਬਾਅ ਨਹੀਂ ਹੁੰਦਾ ਮੀਨ ਜਦੋਂ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਂਦਾ ਜਿਸ ਕਰਕੇ ਜਿਹੜੀ ਵੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ਉਹ ਸ਼ੁੱਧ ਹੁੰਦੀ ਹੈ ਭਰੋਸੇਯੋਗ ਹੁੰਦੀ ਹੈ ਵੈਲਿਡ ਹੁੰਦੀ ਹੈ ਤੇ ਇਹਦਾ ਜਿਹੜਾ ਸਟੈਂਡਰਡ ਹੈ ਉਹ ਕਾਫੀ ਵਧੀਆ ਹੁੰਦਾ ਹੈ ਹੁਣ ਜਦੋਂ ਪ੍ਰਸ਼ਨਵਲੀ ਤਿਆਰ ਕਰਨੀ ਹੈ ਤਾਂ ਕੁਝ ਗੱਲਾਂ ਨੂੰ ਧਿਆਨ ਦੇ ਵਿੱਚ ਵੀ ਰੱਖਣਾ ਹੈ ਪਹਿਲੀ ਗੱਲ ਜਿਹੜੇ ਅਸੀਂ ਕੁਐਸਚਨ ਤਿਆਰ ਕਰਨੇ ਨੇ ਲਿਖਣੇ ਨੇ ਉਹਦਾ ਜਿਹੜਾ ਫੋਕਸ ਆ ਉਹ ਸਮੱਸਿਆ ਹੀ ਹੋਣੀ ਚਾਹੀਦੀ ਐ ਇਧਰੋਂ ਉਧਰੋਂ ਜਿਹੜੇ ਕੁਐਸਚਨ ਨੇ ਉਹ ਨਹੀਂ ਬਣਾਉਣੇ ਚਾਹੀਦੇ ਹੁਣ ਜਿਹੜੇ ਪ੍ਰਸ਼ਨਵਲੀ ਦੇ ਵਿੱਚ ਪ੍ਰਸ਼ਨ ਪਾਏ ਗਏ ਨੇ ਉਹਨਾਂ ਦਾ ਜਿਹੜਾ ਸਰੂਪ ਅਰਲਿਆ ਮਿਲਿਆ ਹੋਣਾ ਚਾਹੀਦਾ ਐ ਇਹ ਨਹੀਂ ਐ ਕਿ ਪਰਸਨੈਲਿਟੀ ਦੇ ਇੱਕ ਪੱਖ ਨਾਲ ਹੀ ਸਬੰਧਤ ਅਸੀਂ ਜਿਹੜੇ ਕੁਐਸਚਨ ਨੇ ਉਹ ਪੁੱਛੇ ਜਾ ਰਹੇ ਆ ਨਹੀਂ ਬਹੁਤੀ ਲੰਬੀ ਹੋਣੀ ਚਾਹੀਦੀ ਐ ਕੁਐਸਚਨਿਅਰ ਤੇ ਨਾ ਹੀ ਬਹੁਤੀ ਛੋਟੀ ਫਿਰ ਜਿਹੜੇ ਪ੍ਰਸ਼ਨ ਨੇ ਉਹਨਾਂ ਦੀ ਪ੍ਰਕਿਰਤੀ ਮੀਨਜ਼ ਨੇਚਰ ਹੁਣ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਐ ਇਹ ਅਸਪਸ਼ਟ ਨਹੀਂ ਹੋਣੀ ਚਾਹੀਦੀ ਮੀਨਜ਼ ਬਿਲਕੁਲ ਕਲੀਅਰ ਹੋਣੀ ਚਾਹੀਦੀ ਨੇ ਉਹਨਾਂ ਦੇ ਵਿੱਚ ਕੋਈ ਕਿਸੇ ਜਿਹੜੇ ਡੁਅਲ मीनिंग ਵਾਲੇ ਨਹੀਂ ਹੋਣੇ ਚਾਹੀਦੇ ਜਾਂ ਬਹੁਅਰਥਕ ਜਿਨ੍ਹਾਂ ਦੇ ਕਈ ਅਰਥ ਨਿਕਲਦੇ ਹੋਣ ਉਹ ਨਹੀਂ ਹੋਣੇ ਚਾਹੀਦੇ ਹੁਣ ਜਿਹੜੇ ਕੁਐਸਚਨਰ ਦੀ ਜਿਹੜੀ ਵੈਲਿਡਿਟੀ ਹੈ ਵੈਧਤਾ ਉਹ ਵੀ ਹਾਈ ਲੈਵਲ ਦੀ ਹੋਣੀ ਚਾਹੀਦੀ ਹੈ ਹੁਣ ਜਿਹੜਾ ਉੱਤਰ ਦੇਣ ਵਾਲਾ ਉਹਦੇ ਲਈ ਕਲੀਅਰ ਜਿਹੜੀਆਂ ਇਨਸਟਰਕਸ਼ਨਸ ਨੇ ਉਹਨਾਂ ਦੀ ਸੂਚੀ ਵੀ ਹੋਣੀ ਚਾਹੀਦੀ ਨਾਲ ਤਾਂ ਜੋ ਉਹਨੂੰ ਕਲੀਅਰ ਪਤਾ ਚੱਲ ਸਕੇ ਕਿ ਮੈਂ ਕਿਸ ਤਰੀਕੇ ਨਾਲ ਜਿਹੜਾ ਆਪਣਾ ਕੁਐਸਚਨ ਦਾ ਆਨਸਰ ਦੇਣਾ ਹੈ ਹੁਣ ਇਹਦਾ ਜਿਹੜਾ ਭੌਤਿਕ ਰੂਪ ਆ ਉਹ ਸੋਹਣਾ ਤੇ ਆਕਰਸ਼ਕ ਹੋਣਾ ਚਾਹੀਦਾ ਮੀਨਜ਼ ਜਿਹੜੇ ਕੁਸ਼ਨੇ ਹੋ ਵਧੀਆ ਬਣਿਆ ਹੋਣਾ ਚਾਹੀਦਾ ਪ੍ਰਸ਼ਨਾਂ ਦਾ ਜਿਹੜਾ ਸੀਕਵੈਂਸ ਹੈ ਉਹ ਤਰਕਸੰਗਤ ਹੋਣਾ ਚਾਹੀਦਾ ਮੀਨਜ਼ ਲਾਜਿਕ ਹੋਣਾ ਚਾਹੀਦਾ ਉਹਨਾਂ ਦੇ ਵਿੱਚ ਜਿਵੇਂ ਕਿ ਸੌਖੇ ਤੋਂ ਔਖੇ ਵੱਲ ਤੇ ਆਮ ਤੋਂ ਵਿਸ਼ੇਸ਼ ਵੱਲ ਹੁਣ ਜਿਹੜੀ ਪ੍ਰਸ਼ਨਾਂਵਲੀ ਆ ਉਹਦੀਆਂ ਵੀ ਕੁਝ ਟਾਈਪਸ ਨੇ ਮੀਨਜ਼ ਕਿਸ ਕਿਸ ਤਰ੍ਹਾਂ ਦਾ ਜਿਹੜਾ ਕੁਸ਼ਨੇਰ ਹੋਸੀਂ ਬਣਾ ਸਕਦੇ ਆ ਫਰਸਟ ਹੈ ਰਚਿਤ ਪ੍ਰਸ਼ਨ ਪ੍ਰਸ਼ਨਵਲੀ ਰਚਿਤ ਹੁੰਦਾ ਜਿਹਦੇ ਵਿੱਚ ਅਸੀਂ ਕੋਈ ਵੀ ਜਿਹੜੀ ਅਧਿਐਨ ਸਮੱਗਰੀ ਹੈ ਤੇ ਪ੍ਰਸ਼ਨਾਂ ਦੀ ਪ੍ਰਕਿਰਤੀ ਹੈ বস্তুনিষ্ঠ ਸੀਮਿਤ ਤੇ ਪ੍ਰਤੀਬੰਧਿਤ ਹੁੰਦੀ ਹੈ ਇਹਨੂੰ ਕਿਹਾ ਜਾਂਦਾ ਹੈ ਰਚਿਤ ਪ੍ਰਸ਼ਨਵਲੀ ਹੁਣ ਇਹਦੇ ਵਿੱਚ ਜਿਹੜਾ ਉੱਤਰ ਦੇਣ ਵਾਲਾ ਉਹਨੂੰ ਆਪਣੇ ਵੱਲੋਂ ਉੱਤਰ ਨਹੀਂ ਬਣਾਉਣਾ ਹੁੰਦਾ ਸਗੋਂ ਜਿਹੜੇ ਉੱਤਰ ਦਿੱਤੇ ਹੁੰਦੇ ਨੇ ਉਹਦੇ ਵਿੱਚੋਂ ਹੀ ਉੱਤਰ ਦੀ ਚੋਣ ਕਰਨੀ ਹੁੰਦੀ ਹੈ ਜਿਵੇਂ ਕਿ ਅਸੀਂ ਐਮਸੀਕਿਊ ਦੀ ਗੱਲ ਕਰੀਏ ਹੁਣ ਅਨਰਚਿਤ ਪ੍ਰਸ਼ਨਵਲੀ ਹੁਣ ਇਹਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ ਖੁੱਲੇ ਜਿਵੇਂ ਕਿ ਅਸੀਂ ਪੁੱਛੀ ਵੀ ਤੁਸੀਂ ਜਿਹੜੀ ਆਪਣੀ ਪਹਿਲਾਂ ਵਾਲੀ ਜੌਬ ਸੀ ਉਹ ਕਿਉਂ ਛੱਡ ਦਿੱਤੀ ਜਾਂਸੀ ਉੱਥੇ ਕੋਈ ਜਿਹੜੇ ਚਾਰ ਆਪਸ਼ਨਸ ਨੇ ਉਹ ਹੀ ਦਵਾਂਗੇ ਤਾਂ ਉਹਦਾ ਆਨਸਰ ਵਿਅਕਤੀ ਖੁੱਲੇ ਤੌਰ ਤੇ ਲਿਖੇਗਾ ਇਥੇ ਆਨਸਰ ਦੇਣ ਵਾਲੇ ਨੂੰ ਜਿਹੜੀ ਪੂਰੀ ਫ੍ਰੀडम ਹੁੰਦੀ ਹੈ ਤੇ ਉਹ ਜਿਹੋ ਜਿਹਾ ਜਵਾਬ ਦੇਣਾ ਚਾਹੁੰਦੇ ਨੇ ਉਹ ਜਿਹੜਾ ਉਹ ਲਿਖ ਸਕਦੇ ਨੇ ਤੇ ਇਹਦਾ ਜਿਹੜਾ ਸਰੂਪ ਹੈ ਵਿਆਖਿਆ ਵਾਲਾ ਹੁੰਦਾ ਹੈ ਮੀਨਸ ਪੂਰੀ ਡਿਟੇਲ ਦੇ ਵਿੱਚ ਵਿਆਖਿਆ ਦੇ ਤੌਰ ਤੇ ਜਿਹੜਾ ਆਪਣੇ ਕੁਐਸਚਨ ਦਾ ਆਨਸਰ ਲਿਖਦਾ ਹੈ ਤੇ ਗੁਣਾਤਮਕ ਹੁੰਦਾ ਹੈ ਮੀਨਸ ਕੁਆਲਿਟੀ ਹੁੰਦੀ ਹੈ ਉਹਦੇ ਵਿੱਚ ਅੱਗੇ ਹੈ ਮਿਸ਼ਰਤ ਪ੍ਰਸ਼ਨਾਂ ਵਾਲੀ ਹੁਣ ਜਿਹੜੀ ਪ੍ਰਸ਼ਨਾਂ ਵਾਲੀ ਦੇ ਵਿੱਚ ਬੰਦ ਤੇ ਖੁੱਲੇ ਦੋਨੋਂ ਕਿਸਮ ਦੇ ਪ੍ਰਸ਼ਨ ਪੁੱਛੇ ਜਾਣ ਬੰਦੇ ਤੇ ਖੁੱਲੇ ਦਾ ਮਤਲਬ ਜਿਹਦੇ ਵਿੱਚ ਰਚਿਤ ਪ੍ਰਸ਼ਨਵਲੀ ਵਾਲੇ ਵੀ ਆਉਣ ਤੇ ਅਨਰਚਿਤ ਪ੍ਰਸ਼ਨਵਲੀ ਵਾਲੇ ਵੀ ਆਉਣ ਤੇ ਇਹ ਜਿਹੜੀਆਂ ਆ ਦੋਵੇਂ ਸੀ ਉੱਪਰ ਕਿਸਮਾਂ ਪੜ੍ਹੀਆਂ ਨੇ ਉਹਨਾਂ ਦੇ ਨਾਲੋਂ ਜ਼ਿਆਦਾ ਲਾਹੇਵੰਦ ਹੈ ਕਿਉਂਕਿ ਸਮੱਸਿਆ ਦੇ ਕੁਝ ਪੱਖ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਜਿਹੜੇ ਆਨਸਰ ਨੇ ਉਹ ਬੰਦ ਕਿਸਮ ਦੇ ਪ੍ਰਸ਼ਨ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਨੇ ਤੇ ਕੁਝ ਪੱਖ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਅਸੀਂ ਖੁੱਲੇ ਵਿੱਚ ਜਿੱਥੇ ਆਜ਼ਾਦੀ ਦੇ ਸਕਦੇ ਹਾਂ ਕਿ ਤੁਸੀਂ ਇਹਦਾ ਜਿਹੜਾ ਆਨਸਰ ਹੈ ਪੂਰੀ ਡਿਟੇਲ ਦੇ ਵਿੱਚ ਲਿਖਣਾ ਹੈ ਅਗੇ ਹ ਚਿੱਤਰਮਈ ਪ੍ਰਸ਼ਨਾਂ ਮਿਲੀ ਹੁਣ ਇਸ ਤਰ੍ਹਾਂ ਦੀ ਪ੍ਰਸ਼ਨਾਂ ਵਾਲੀ ਜਿੱਦੀ ਜਿਹੜੀ ਜਾਣਕਾਰੀ ਇਹ ਚਿੱਤਰਾਂ ਦੀ ਸਹਾਇਤਾ ਨਾਲ ਪ੍ਰਾਪਤ ਕੀਤੀ ਜਾ ਸਕੇ ਹੁਣ ਜੇਕਰ ਅਸੀਂ ਆਪਣੇ ਮਾਡਰਨ ਟਾਈਮ ਦੀ ਗੱਲ ਕਰੀਏ ਤਾਂ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਸਟ੍ਰੈਸ ਦੇ ਵਿੱਚ ਰਹਿੰਦੇ ਨੇ ਤੇ ਜਿਹੜੀ ਉਹਨਾਂ ਦੀ ਲਾਈਫ ਹੈ ਉਹ ਕਾਫੀ ਸਟਰਗਲ ਵਾਲੀ ਹੁੰਦੀ ਹੈ ਤੇ ਇਸ ਤਰ੍ਹਾਂ ਦੇ এনवायरमेंट ਦੇ ਵਿੱਚ ਉਹ ਕੰਮਕਾਰ ਕਰ ਰਹੇ ਹੁੰਦੇ ਨੇ ਇਸ ਕਰਕੇ ਉਹ ਵਿਅਕਤੀ ਜ਼ਿਆਦਾ ਰੁੱਝਿਆ ਰਹਿੰਦਾ ਤੇ ਉਹ ਤੋਂ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਜਿਹੜੀ ਚਿੱਤਰਮਈ ਮੀਨਸ ਪਿਕਚਰ ਵਾਲੀ ਟੈਕਨੀਕ ਹੈ ਉਹ ਜ਼ਿਆਦਾ ਲਾਭਦਾਇਕ ਹੈ ਕਿਉਂਕਿ ਇਹ ਉੱਤਰਦਾਤੀ ਦਾ ਮਨੋਰੰਜਨ ਵੀ ਕਰਦੀ ਹੈ ਪਰ ਇਸ ਪ੍ਰਕਾਰ ਦੀ ਜਿਹੜੀ ਕੁਐਸਚਨਰ ਜਦੋਂ ਤਿਆਰ ਕਰਦੇ ਆ ਜਿਦੇ ਵਿੱਚ ਅਸੀਂ ਪਿਕਚਰਾਇਜ਼ੇਸ਼ਨ ਕਰਨੀ ਹੈ ਤਾਂ ਉਤੇ ਜਿਹੜਾ ਪੈਸਾ ਉਹ ਬਹੁਤ ਖਰਚ ਹੁੰਦਾ ਹੈ ਹੁਣ ਇਸ ਵਿਧੀ ਦੇ ਕੁਝ ਦੋਸ਼ ਵੀ ਨੇ ਇਹਦਾ ਜਿਹੜਾ ਪ੍ਰਯੋਗ ਹੈ ਸਿਰਫ ਪੜ੍ਹੇ ਲਿਖੇ ਵਿਅਕਤੀਆਂ ਦੇ ਲਈ ਕੀਤਾ ਜਾਂਦਾ ਕਿਉਂਕਿ ਜਿਹੜਾ ਪੜ੍ਹ ਲਿਖ ਸਕਦਾ ਉਹੀ ਸਹੀ ਢੰਗ ਦੇ ਨਾਲ ਜਿਹੜਾ ਆਨਸਰ ਹੋ ਆਪਣਾ ਦੇਵੇਗਾ ਹੁਣ ਇਹ ਵਿਧੀ ਡੂੰਘੇ ਅਧਿਐਨ ਦੇ ਲਈ ਠੁਕ ਵੀ ਨਹੀਂ ਹੈ ਹੁਣ ਜੇਕਰ ਅਸੀਂ ਡੀਪ ਸਟੱਡੀ ਕਰਨੀ ਹੈ ਕਿਸੇ ਵਿਅਕਤੀ ਬਾਰੇ ਉਹਦੇ ਲਈ ਇਹ ਸੂਟੇਬਲ ਨਹੀਂ ਹੈ ਹੁਣ ਕਈ ਵਾਰ ਜਿਹੜਾ ਉੱਤਰ ਦੇਣ ਵਾਲਾ ਉਹਦੇ ਵੱਲੋਂ ਦਿੱਤੇ ਉੱਤਰ ਕੰਪਲੀਟ ਨਹੀਂ ਹੁੰਦੇ ਕਿਉਂਕਿ ਉਹਨਾਂ ਕੋਲ ਜਿਹੜਾ ਸਟੱਡੀ ਕਰਨ ਵਾਲਾ ਅਧਿਐਨ ਕਰਨ ਵਾਲਾ ਉਹ ਨਹੀਂ ਬੈਠਾ ਹੁੰਦਾ ਇਸ ਕਰਕੇ ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਉੱਤਰ ਉਹ ਲਿਖ ਦਿੰਦਾ ਜਾਂ ਇਹ ਵੀ ਕਹੋ ਵੀ ਕਈ ਵਾਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਤਾਂ ਉਹ ਦੇ ਅਕੋਰਡਿੰਗ ਉਹ ਕੰਪਲੀਟ ਨਹੀਂ ਕਰਦੇ ਹੁਣ ਇਸ ਵਿਧੀ ਦੇ ਪ੍ਰਸ਼ਨਾਂ ਦੀ ਰਚਨਾ ਕਰਨ ਦੇ ਲਈ ਜਿਹੜੇ ਐਕਸਪਰਟਸ ਨੇ ਉਹਨਾਂ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਕਿ ਸਾਨੂੰ ਬਹੁਤੀ ਵਾਰ ਨਹੀਂ ਮਿਲਦੇ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਨੈਕਸਟ ਜਿਹੜੀ ਟੈਕਨੀਕ ਹੈ ਜਿਹੜੀ ਬਾਹਰਮੁਖੀ ਵਿਧੀਆਂ ਨੇ ਅਸੀਂ ਉਹਨਾਂ ਬਾਰੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਧੰਨਵਾਦ